ਪਰਮਜੀਤ ਕੌਰ। ਤੁਸੀਂ ਸਰਕਾਰੀ ਹਸਪਤਾਲ ਆਏ ਹੋ? ਹਾਂਜੀ, ਅਸੀਂ ਸਰਕਾਰੀ ਹਸਪੀਟਲ ਆਏ ਸੀ। ਅਸੀਂ ਮੈਂ ਕੱਲ੍ਹ ਆਪਦੀ ਨੂੰਹ ਨੂੰ ਪਹਿਲਾਂ ਮੈਂ ਡਰੋਲੀ ਲੈ ਕੇ ਗਈ ਸੀ। ਡਰੋਲੀ ਮੈਡਮ ਨੇ ਕਿਹਾ ਵੀ ਤੁਸੀਂ ਮੋਗੇ ਲੈ ਕੇ ਜਾਣਾ। ਮੈਂ ਮੋਗੇ ਲਿਆਈ, ਕੱਲ੍ਹ ਪਰਸੋਂ ਉੱਥੇ ਗਈ ਸੀ, ਕੱਲ੍ਹ ਮੈਂ ਮੋਗੇ ਇੱਥੇ ਲੈ ਆਈ ਹਾਂ। ਇੱਥੇ ਈਸ਼ਾ ਮੈਡਮ ਕੋਲ ਗਏ ਅਸੀਂ ਪਰਚੀ ਕਟਾ ਕੇ, ਈਸ਼ਾ ਮੈਡਮ ਕੋਲ ਗਏ ਹਾਂ। ਮੈਡਮ ਕਹਿੰਦੀ ਤੁਸੀਂ ਇੰਜ ਕਰੋ, ਤੁਸੀਂ ਜਾਓ ਹਾਰਟ ਵਾਲੇ ਕੋਲ, ਉਹ ਡਾਕਟਰ ਦਾ ਨਾਂ ਨਹੀਂ ਜਾਣਦੀ, ਉੱਥੇ ਆ ਕੇ 12 ਨੰਬਰ 'ਤੇ। ਉੱਥੋਂ ਉਹ ਡਾਕਟਰ ਕਹਿੰਦਾ ਤੁਸੀਂ ਇੰਜ ਕਰੋ, ਤੁਸੀਂ ECG ਕਰਾਓ। ਅਸੀਂ ECG ਕਰਾਉਣ ਜਾ ਵੜੇ, ECG ਕਰਾ ਕੇ ਮੁੜ ਕੇ ਹਾਰਟ ਵਾਲਾ ਕਹਿੰਦਾ ਮੇਰੇ ਕੋਲ ਫਿਰ ਅਸੀਂ ਹਾਰਟ ਵਾਲੇ ਕੋਲ ਜਾ ਵੜੇ। ਹਾਰਟ ਵਾਲੇ ਨੇ ਦਵਾਈ ਲਿਖਤੀ, ਉਹ ਕਹਿੰਦਾ ਵੀ ਇਹ ਮੈਨੂੰ ਕਹਿੰਦਾ ਵੀ ਇਹਨੂੰ ਇੱਕ ਤਾਂ ਸਾਹ ਦੀ ਪ੍ਰੋਬਲਮ ਹੈ, ਇੱਕ ਇਹਨੂੰ ਧੜਕਣ ਹੈ, ਨੋਰਮਲ ਹੈ। ਮੈਂ ਕਿਹਾ ਠੀਕ ਹੈ ਡਾਕਟਰ ਸਾਹਿਬ। ਮੈਂ ਕਹਿੰਦਾ ਵੀ ਆਹ ਮੈਡੀਸਨ ਲਿਖਤੀ, ਹਫ਼ਤੇ ਦੀ ਦਵਾਈ ਆ। ਕੁੜੀਆਂ ਦੀ ਕਿੰਨੇ ਦਿਨਾਂ ਦੀ ਸਾਰ? ਉਹ ਕਹਿੰਦਾ ਹਫ਼ਤੇ ਦੀ ਆ। ਕਹਿੰਦਾ ਵੀ ਆਹ ਦਵਾਈ ਲੈਣੀ। ਮੈਂ ਕਿਹਾ ਪੁੱਤ ਤੂੰ ਆਪ ਹੀ ਸਮਝ ਲੈ, ਮੈਨੂੰ ਪਤਾ ਨਹੀਂ ਲੱਗਦਾ। ਅਤੇ ਉਹ ਕਹਿੰਦਾ ਪੰਪ ਜਿਹਾ ਇੱਕ ਵਾਰ ਨੱਪ ਕੇ ਸਾਹ ਜਿਹਾ ਲੈਣਾ। ਚਲੋ ਉਹਨੇ ਉਹ ਇੱਥੇ ਤਾਂ ਲਿਆ ਨਹੀਂ, ਉਹਨੇ ਘਰੇ ਜਾ ਵੜੇ। ਅਸੀਂ ਘਰੇ ਜਾ ਕੇ ਅਤੇ ਦਵਾਈਆਂ ਅਸੀਂ ਬਾਹਰੋਂ ਲੈ ਲਈਆਂ। ਉਹ ਬਾਹਰੋਂ ਦਵਾਈਆਂ ਵਿੱਚੋਂ ਦਵਾਈ ਸੀਗੀ। ਜਦੋਂ ਅਸੀਂ ਦਵਾਈ ਲੈ ਕੇ ਆ ਗਏ ਅਸੀਂ ਘਰੇ, ਅਤੇ ਰਾਤ ਨੂੰ ਚਾਹ ਚੂ ਪੀਤੀ ਘਰੇ, ਰਾਤ ਨੂੰ ਵਧੀਆ ਅਸੀਂ ਆਈਆਂ ਉੱਥੋਂ ਘਰ ਆ ਕੇ ਚਾਹ ਚੂ ਪੀ ਕੇ। ਮੁੜ ਕੇ ਮੈਨੂੰ ਆਉਂਦੀ ਕਿ ਮੈਂ ਐਂ ਕਰਕੇ, ਮੰਮੀ ਮੇਰੇ 'ਤੇ ਚੀਜ਼ ਜੀ ਨਿਕਲਦੀ, ਮੈਂ ਪੁੱਤ ਐਂ ਕਰ ਹਵਾ ਜੀ ਲੈ ਲਾ ਪੰਪ ਜੇ ਨਾਲ। ਉਹਨੇ ਲੈ ਲਈ। ਮੈਂ ਕਿਹਾ ਤੂੰ ਐਂ ਕਰ, ਕਹਿੰਦੀ ਮੰਮੀ ਹਟੀ ਨਹੀਂ। ਮੈਂ ਕਿਹਾ ਤੂੰ ਟੇਬਲੇਟ ਲੈ ਲਾ ਜਿਹੜੀ ਤੈਨੂੰ ਡਾਕਟਰ ਨੇ ਕਹੀ ਆ। ਮੈਂ ਕਿਹਾ ਤੈਨੂੰ ਹੀ ਪੁੱਤ ਪਤਾ, ਮੈਨੂੰ ਤਾਂ ਪਤਾ ਨਹੀਂ। ਚਲੋ ਉਹਨੇ ਦਵਾਈ ਵੀ ਲੈ ਲਈ, ਦਵਾਈ ਲੈ ਲਈ 15 ਮਿੰਟਾਂ ਬਾਅਦ ਉਹਨੂੰ ਪਤਾ ਨਹੀਂ ਕੀ ਤੜਫਣ ਲੱਗ ਗਈ, ਔਖੀ ਹੋਣ ਲੱਗ ਗਈ। ਹਾਏ ਮੰਮੀ ਮਲ ਦੇ ਇੱਥੋਂ, ਹਾਏ ਮੰਮੀ ਮਲ ਦੇ। ਮੁੜ ਕੇ ਹੱਥ ਮੇਰੇ ਪਰਾਂ ਮਾਰੇ ਚਲਾ ਕੇ। ਮੈਂ ਮੁੰਡੇ ਨੂੰ, ਮੁੰਡਾ ਹੱਟੀ 'ਤੇ ਗਿਆ ਵੇ ਦੁਕਾਨ ਤੋਂ ਆ ਗਿਆ। ਮੈਂ ਕਿਹਾ ਪੁੱਤ ਪਤਾ ਨਹੀਂ ਇਹਨੂੰ ਕੀ ਹੋ ਗਿਆ। ਮੈਂ ਕਿਹਾ ਦਾ ਉਹ ਤੋਂ ਐਂਬੂਲੈਂਸ ਵਾਲਿਆਂ ਨੂੰ ਫੋਨ ਕਰ। ਮੈਂ ਕਿਹਾ ਆਪਾਂ ਕਿੱਥੇ ਲੈ ਕੇ, ਡਰੋਲੀ ਤਾਂ ਹਸਪਤਾਲ ਬੰਦ ਹੁੰਦਾ। ਮੈਂ ਕਿਹਾ ਵੀ ਉਹ ਨਹੀਂ ਖੁੱਲ੍ਹਾ ਹੁੰਦਾ, ਪਹਿਲਾਂ ਉੱਥੇ ਲੈ ਜਾਈਏ ਮੋਗੇ ਹੀ। ਮੋਗੇ ਇੱਥੇ ਲੈ ਆਏ ਅਸੀਂ, ਇਸੇ 'ਚ ਹੀ ਲੈ ਕੇ ਆਏ ਸੀ ਜੀ। ਕੀ ਹੋਸਪਿਟਲ ਦਾ ਨਾਂ ਕੀ ਹੈ ਜੀ? ਐਸੇ ਆਹ ਹਸਪਤਾਲ, ਸਰਕਾਰੀ ਹੋਸਪਿਟਲ। ਕਦੋਂ ਲੈ ਕੇ ਆਏ? ਅਸੀਂ ਰਾਤ ਹੀ ਲੈ ਕੇ ਆਏ ਹਾਂ। ਰਾਤ ਲੈ ਆਏ ਸੀ 7:30 ਵਜੇ, ਜਦੋਂ ਬਾਹਲੀ ਔਖੀ ਹੁੰਦੀ ਸੀ। ਐਂਬੂਲੈਂਸ ਵਾਲਿਆਂ ਨੂੰ ਕਿਹਾ ਵੀ ਉੱਥੋਂ ਹੀ ਦਵਾਈ ਲਈ ਸੀ। ਦਵਾਈ ਅਸੀਂ ਇੱਥੇ ਆ ਗਏ, ਇੱਥੇ ਆਏ ਤਾਂ ਡਾਕਟਰ ਨੇ ਚਲੋ ਇਹਨਾਂ ਨੂੰ ਸ਼ਿਫਟ ਕੀਤਾ। ਇਹਨਾਂ ਨੇ ਦੇਖਿਆ ਨਹੀਂ ਗਾ। ਮੈਂ ਬਹੁਤ ਮਿੰਨਤਾਂ ਕੀਤੀਆਂ ਕਰਕੇ, ਹਾੜੇ ਮਿੰਨਤ ਵਾਲੀ ਗੱਲ ਆ, ਮੇਰੀ ਧੀ ਨੂੰ ਬਚਾ ਲਓ। ਉੱਥੇ ਕੋਈ ਉਹ ਡਾਕਟਰ ਸਾਹਿਬ ਜੀ, ਮੈਂ ਜਾਣ ਨਾਂ ਨਹੀਂ, ਮੈਂ ਜਾਣਦੀ ਆ, ਪਰਚੀ 'ਤੇ ਲਿਖਿਆ ਹੋਇਆ। ਉਹ ਡਾਕਟਰ ਨੂੰ ਮੈਂ ਪਛਾਣ ਲਿਆ ਉੱਥੇ, ਜਦੋਂ ਮੇਰੀ ਨੂੰਹ ਕੋਲ ਉਹ ਆਇਆ। ਮੈਂ ਕਿਹਾ ਨਾ ਤੂੰ ਦਵਾਈ ਦਿੱਤੀ ਸੀ ਨਾ ਮੇਰੀ ਨੂੰਹ ਨੂੰ, ਮੈਂ ਕਿਹਾ ਤੂੰ ਵੇਖਿਆ ਸੀਗਾ। ਮੈਂ ਕਿਹਾ ਮੇਰੀ ਨੂੰਹ ਨੂੰ ਪਤਾ ਨਹੀਂ। ਕਹਿੰਦਾ ਮੈਂ ਤਾਂ ਦਿੱਤੀ ਨਹੀਂ ਦਵਾਈ, ਮੈਂ ਤਾਂ ਲਿਖਿਆ ਹੀ ਨਹੀਂ, ਮੈਂ ਦਿੱਤੀ ਨਹੀਂ। ਮੈਂ ਕਿਹਾ ਤੂੰ ਕਿਉਂ ਮੁੱਕਰਦਾ? ਮੈਂ ਕਿਹਾ ਤੂੰ ਦਿੱਤੀ ਆ, ਇਹਨਾਂ ਨੇ ਕਿੰਨਾ ਚਿਰ ਨਹੀਂ ਵੇਖਿਆ। ਮੈਂ ਜਾ ਕੇ ਬਾਂਹ ਫੜ ਲਈ, ਮੈਂ ਕਿਹਾ ਮੇਰੀ ਧੀ ਨੂੰ ਬਚਾ ਲਓ। ਮੈਂ ਸਾਰਿਆਂ ਨੂੰ ਕਹਿੰਦੇ ਬਾਹਰ ਜਾਓ, ਬਾਹਰ ਜਾਓ, ਇੱਥੇ ਰੌਲਾ ਨਹੀਂ ਪਾਉਣਾ ਗਾ। ਇੱਥੇ ਕੋਈ ਹੋਰ ਪੇਸ਼ੈਂਟ ਸੀਗਾ, ਉਹਨੂੰ ਵੇਖੀ ਗਏ ਆ। ਮੁੜ ਕੇ ਕਹਿੰਦੇ, ਮੈਂ ਉੱਥੇ ਬੈਠ ਗਈ। ਮੈਂ ਕਿਹਾ ਹੁਣ ਤਾਂ ਦੇਖ ਲਓ, ਦੇ ਮੈਂ ਕਿਹਾ ਹੁਣ ਤਾਂ ਮੇਰੀ ਧੀ ਨੂੰ ਵੇਖ ਲਓ। ਜਦੋਂ ਵੇਖਿਆ ਕਹਿੰਦੇ ਅਸੀਂ ਉੱਧਰ ਉਹਨੂੰ ਉੱਧਰ ਲੈ ਗਏ, ਪਤਾ ਨਹੀਂ ਕੀ ਕੀਤਾ। ਮੁੜ ਕੇ ਬਾਅਦ 'ਚ ਮੈਥੋਂ ਸਾਈਨ ਕਰਾ ਲਏ ਉਹਨਾਂ ਨੇ, ਪਤਾ ਨਹੀਂ ਕਿਉਂ ਮੈਥੋਂ ਸਾਈਨ। ਮੈਂ ਕਿਹਾ ਉੱਧਰ ਇਹਨਾਂ ਨੂੰ ਦਾਖਲ ਕੀਤਾ, ਪਤਾ ਨਹੀਂ ਤਾਂ ਸਾਈਨ ਕਰਾਏ ਮੈਥੋਂ। ਮੁੜ ਕੇ ਕਹਿੰਦੇ ਤੁਸੀਂ ਘਰੇ ਜਾਓ, ਕਹਿੰਦਾ ਘਰੇ ਜਾਓ, ਸਵੇਰੇ ਆ ਜਾਓ। ਮੈਂ ਕਿਹਾ ਅਸੀਂ ਨਹੀਂ ਘਰੇ ਜਾਣਾ, ਅਸੀਂ ਤਾਂ ਇੱਥੇ ਬੈਠੇ ਹਾਂ। ਉਹਨੂੰ ਜੁੜਵਾਂ ਬੱਚੇ ਹੋਣ ਵਾਲੇ ਸੀ ਜੀ ਦੋ। ਨਹੀਂ ਜੀ, ਕੇਸ ਨਹੀਂ ਹੋਇਆ ਗਾ। ਨੂੰਹ ਪਤਾ ਹੀ ਨਹੀਂ ਕਿੱਥੇ ਆ, ਮੈਨੂੰ ਤਾਂ ਦੱਸਿਆ ਹੀ ਨਹੀਂ। ਸਾਨੂੰ ਤਾਂ ਰਾਤ ਦੀ ਦਿਸੀ ਨਹੀਂ ਕਿੱਥੇ ਆ। ਇੱਧਰ ਮੈਨੂੰ ਕੁੜੀਆਂ ਦੱਸਦੀਆਂ, ਉਹ ਕਹਿੰਦੀਆਂ ਇੱਧਰ ਨੂੰ ਲੈ ਕੇ ਗਏ ਆ। ਮੈਂ ਤਾਂ ਅੰਦਰ ਹੀ ਖੜੀ ਰਹਿ ਗਈ। ਮੇਰਾ ਨਾਂ ਮੇਰਾ ਨਾਂ ਜੀ ਹਰਜਿੰਦਰ ਸਿੰਘ ਹੈ ਜੀ। ਕੀ ਘਟਨਾ ਵਾਪਰੀ ਹੈ? ਮੈਂ ਜੀ ਮਲੋਟ ਰਹਿੰਦਾ ਜੀ, ਮੈਂ ਜੀ ਟਰੱਕ ਡਰਾਈਵਰ ਹਾਂ ਜੀ ਇੱਕ। ਮੈਂ ਜੀ ਮਲੋਟ ਕਿਰਾਏ 'ਤੇ ਰਹਿੰਦਾ ਜੀ, ਇੱਥੇ ਡਰੋਲੀ ਭਾਈ ਰਹਿਣ ਵਾਲਾ ਜੀ ਮੈਂ। ਅਤੇ ਮੇਰੀ ਘਰ ਦੀ ਨੂੰ ਬੱਚੇ ਹੋਣ ਵਾਲੇ ਸੀਗੇ ਜੀ ਦੋ, ਅਤੇ ਉਹ ਜਿਹਨਾਂ ਦੀ ਮਲੋਟ ਦਵਾਈ ਚੱਲਦੀ ਹੁੰਦੀ ਸੀਗੀ ਜੀ।
ਮੈਂ ਜੀ ਗੱਡੀ ਚਲਾਉਣਾ ਜੀ, ਮੈਂ ਘਰੇ ਘੱਟ ਰਹਿੰਦਾ ਸੀਗਾ ਜੀ, ਇਸੇ ਕਰਕੇ ਮੈਂ ਆਪਦੀ ਮੰਮੀ ਹੋਰਾਂ ਕੋਲ ਪਰਸੋਂ ਛੱਡ ਕੇ ਗਿਆ ਜੀ। ਮੰਮੀ ਹੋਰਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦਾ ਖਿਆਲ ਰੱਖਿਓ, ਵੀ ਉਹਨੂੰ ਦਵਾਈ ਇੱਥੇ ਮੋਗੇ ਦਵਾ ਦਿਓ ਜੀ। ਇਹ ਮੰਮੀ ਹੋਰਾਂ ਕੋਲ ਮੈਂ ਛੱਡ ਕੇ ਜੀ ਮੈਂ ਪਠਾਨਕੋਟ ਚੱਲ ਗਿਆ ਜੀ, ਗੱਡੀ ਲੈ ਕੇ ਜੀ। ਅਸੀਂ ਗੱਡੀ ਪਠਾਨਕੋਟ ਖਾਲੀ ਕੀਤੀ ਜਾ ਕੇ, ਇਹ ਉੱਥੇ ਮਲੋਟ ਵਾਲੇ ਡਾਕਟਰ ਨੇ ਤਾਂ ਜੀ ਕੁਛ ਨਹੀਂ ਕਿਹਾ ਸੀਗਾ, ਉਹ ਤਾਂ ਕਹਿੰਦੇ ਸੀਗੇ ਜੀ ਸਾਰਾ ਕੁਛ ਸਹੀ ਹੈ ਜੀ, ਸਹੀ ਸਲਾਮਤ ਇਹਦਾ ਹੋ ਜੂਗਾ ਜੀ ਬੱਚੇ ਇਹਦੇ ਜੀ। ਉਹ ਨਰਸ ਰੋਜ਼ ਘਰ ਆਉਂਦੀ ਹੁੰਦੀ ਸੀਗੀ ਜੀ, ਸਾਡੇ ਮੁਹੱਲੇ ਦੀ ਚਾਰਜ ਹੈਗੀ ਆ ਜੀ, ਉਹ ਰੋਜ਼ ਘਰ ਉਹਨੂੰ ਦਵਾਈ ਦਵਾ ਕੇ ਲੈ ਕੇ ਆਉਂਦੀ ਹੁੰਦੀ ਸੀਗੀ। ਇਸੇ ਕਰਕੇ ਮੈਂ ਮੰਮੀ ਹੋਰਾਂ ਕੋਲ ਛੱਡ ਗਿਆ ਉਹਨਾਂ ਨੂੰ, ਮੈਂ ਕਿਹਾ ਵੀ ਜੋ ਇਕੱਲੀ ਜਾਂਦੀ ਹੈ ਜੀ ਉੱਥੇ ਹਸਪਤਾਲ 'ਚ, ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀਗਾ ਜੀ, ਮੈਂ ਗੱਡੀ ਲੈ ਕੇ ਜਾ ਵੜਦਾ ਸੀਗਾ ਜੀ। ਦੇਖੋ ਹੁਣ ਮੈਂ ਕੰਮ ਵੀ ਕਰਦਾ ਸੀਗਾ ਜੀ, ਉੱਥੇ ਇਕੱਲਾ ਰਹਿੰਦਾ ਸੀਗਾ ਜੀ ਮੈਂ, ਅਤੇ ਇੱਥੇ ਮੰਮੀ ਹੋਰੇ ਲੈ ਆਏ ਜੀ ਇਹਨਾਂ ਨੂੰ। ਰਾਤੀ ਮੈਨੂੰ ਤਾਂ ਦੱਸਿਆ ਨਹੀਂ ਮੰਮੀ ਹੋਰਾਂ ਨੇ, ਮੈਂ ਪਠਾਨਕੋਟ ਸੀਗਾ, ਮੈਨੂੰ ਕਹਿੰਦੇ ਤੁਸੀਂ ਇੱਥੇ ਮੋਗੇ ਲੈ ਕੇ ਆਏ ਸੀਗੇ ਜੀ ਹਸਪਤਾਲ 'ਚ ਜੀ। ਡਰੋਲੀ ਪਿੰਡ ਤੁਸੀਂ ਕਦੋਂ ਆਏ ਹੋ? ਡਰੋਲੀ ਪਿੰਡ ਮੈਂ ਤਾਂ ਜੀ ਰਾਤ ਸੁਬਹਾ ਹੀ ਆਇਆ ਜੀ, ਮੰਮੀ ਹੋਰੇ ਡਰੋਲੀ ਵੀ ਲੈ ਕੇ ਗਏ ਸੀਗੇ ਜੀ, ਅਤੇ ਫਿਰ ਇੱਥੇ ਮੋਗੇ ਲੈ ਕੇ ਆਏ ਆ ਜੀ। ਮੋਗੇ ਦਵਾਈ ਚੈੱਕ ਕਰਾਉਣ ਵਾਸਤੇ ਕਦੇ ਚੈੱਕ ਕਰਾਉਣਾ ਤੇ ਮੇਰਾ ਭਰਾ ਲੈ ਗਿਆ ਜੀ ਨਾਲ, ਮੰਮੀ ਹੋਰੇ ਸੀਗੇ ਜੀ, ਮੈਂ ਤਾਂ ਗੱਡੀ ਲੈ ਕੇ ਆਇਆ ਸੀਗਾ, ਇਹਨਾਂ ਨੂੰ ਪਤਾ ਜੀ ਮੈਨੂੰ ਫੋਨ ਤੇ ਗੱਲ। ਅਸੀਂ ਕੱਲ ਆਏ ਆ ਜੀ 10:30 ਵਜੇ ਇੱਥੇ ਚੈੱਕ ਕਰਾਉਣ ਵਾਸਤੇ ਲੈ ਕੇ ਆਏ ਆ। ਇਹਨਾਂ ਨੇ ਰਿਪੋਰਟਾਂ ਉਹ ਕਰਾ ਲਿਓ, ਉਹ ਰਿਪੋਰਟ ਲਾ ਲਿਓ, ਆਹ ਦਵਾਈ ਵੀ ਲੈ ਕੇ ਦੇਤੀ, ਆਹ ਦਵਾਈ ਲੈ ਲਓ ਤੁਹਾਨੂੰ ਸਹੀ ਹੋ ਜੂਗਾ ਤੁਹਾਡਾ, ਹੈ ਨਾ। ਅਤੇ ਉਹ ਦਵਾਈ ਦੇ ਲੈਣ ਦੇ ਕਾਰਨ ਹੀ ਸ਼ਾਮ ਨੂੰ ਜੀ ਅਤੇ ਬਸ 15-20 ਮਿੰਟ ਨਹੀਂ ਪਏ ਗਏ, ਅਤੇ ਉਹ ਕਹਿੰਦੇ ਮੇਰਾ ਸਾਹ ਔਖਾ ਹੁੰਦਾ ਵੀ, ਮੈਨੂੰ ਪ੍ਰੋਬਲਮ ਲੱਗਦੀ ਹੈ ਸਾਹ, ਮੈਨੂੰ ਇੱਥੋਂ ਜਿਵੇਂ ਮੇਰੇ ਸਾਹ ਨਹੀਂ ਆਉਂਦਾ ਹੈਗਾ, ਅਤੇ ਮੈਨੂੰ ਦਵਾ ਦਾ ਕਿਤੇ ਦਾਖਲ ਕਰਾਓ ਦਾ, ਮੈਨੂੰ ਐਂਬੂਲੈਂਸ 'ਚ ਕਿਤੇ ਲੈ ਜਾਓ। ਅਸੀਂ ਐਂਬੂਲੈਂਸ ਬੁਲਾ ਲਈ, ਐਂਬੂਲੈਂਸ ਵਾਲੇ ਜੀ ਘੱਟੋ ਘੱਟ ਬਈ 1.5 ਘੰਟਾ ਲਾਤਾ ਆਉਣ ਲੱਗਿਆ। ਸ਼ਾਮ ਨੂੰ 5 ਵਜੇ ਫੋਨ ਲਾਇਆ ਜੀ ਉਹਨਾਂ ਨੇ ਮੈਨੂੰ, ਉਹ ਪਿੰਡ ਸੀਗੇ ਉਦੋਂ, ਉਹ ਮੇਰੇ ਨਾਲ ਗੱਲ ਕੀਤੀ ਹੈ ਜੀ, ਮੈਂ ਉਦੋਂ ਬਟਾਲੇ ਸੀਗਾ ਗੱਡੀ ਲੈ ਕੇ ਆਇਆ ਹੋਇਆ ਸੀਗਾ ਜੀ। ਅਤੇ ਐਂਬੂਲੈਂਸ ਦੇ ਵਿੱਚ ਵੀ ਉਹਨਾਂ ਨੇ ਨਾ ਕੋਈ ਆਕਸੀਜਨ ਲਾਈ ਆ, ਕੁਛ ਨਹੀਂ ਲਾਇਆ ਹੈਗਾ, ਸਿੱਧਾ ਉਹਨਾਂ ਨੇ ਫੱਟੇ 'ਤੇ ਪਾ ਲਈ, ਫੱਟੇ 'ਤੇ ਪਾ ਕੇ ਇੱਥੇ ਲਿਆਏ ਆ। ਸਾਨੂੰ ਨਹੀਂ ਪਤਾ ਲੱਗਿਆ ਇੱਥੋਂ ਕਿੱਥੇ ਲੈ ਗਏ ਆ, ਕਿੱਥੇ ਨਹੀਂ। ਸਾਨੂੰ ਤਾਂ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਵੀ ਅਸੀਂ ਇੱਥੇ ਸ਼ਿਫਟ ਕਰਨ ਲੱਗੇ ਹਾਂ, ਫਲਾਣੇ ਤੁਸੀਂ ਅੱਜ ਜਾ ਵੜੋ ਕੱਲ੍ਹ ਨੂੰ ਆ ਜਾਓ। ਇਹਨਾਂ ਡਾਕਟਰਾਂ ਨੇ ਜੀ ਕੋਈ ਗਲਤ ਦਵਾਈ ਦਿੱਤੀ ਹੈ ਜੀ, ਇਹਨਾਂ ਡਾਕਟਰਾਂ ਕੋਲ ਪੂਰੀ ਹੋਈ ਹੈ ਜੀ, ਉੱਥੇ ਤਾਂ ਸਭ ਕੁਛ ਸਹੀ ਸੀਗਾ ਜੀ, ਮਲੋੜ ਦਾ ਜੀ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀਗੀ ਜੀ। ਇਹ ਤਾਂ ਸਾਨੂੰ ਇੱਕ ਸ਼ਿੰਦਰਪਾਲ ਕੌਰ ਲੇਡੀ ਆ ਜਿਹੜੀ ਪਿੰਡ ਡਰੋਲੀ ਭਾਈ ਤੋਂ ਆ, ਉਹ ਪ੍ਰੈਗਨੈਂਸੀ ਦੀ ਉਹਦੀ ਦਵਾਈ ਚੱਲ ਰਹੀ ਸੀਗੀ, ਅਤੇ ਉਹ ਕੱਲ੍ਹ ਆਪਣੇ ਸਿਵਲ ਹੋਸਪਿਟਲ ਤੋਂ ਦਵਾਈ ਲੈ ਕੇ ਗਈ ਸੀ ਮੋਗਾ ਤੋਂ। ਉਸ ਤੋਂ ਬਾਅਦ ਫਿਰ ਉਹ ਆਪਣੇ ਘਰ ਚਲੇ ਗਏ। ਅੱਜ ਦੁਬਾਰਾ ਉਹਨਾਂ ਜਦੋਂ ਦਵਾਈ ਲੈ ਕੇ ਲਈ ਸਵੇਰੇ, ਅਤੇ ਉਹਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ, ਅਤੇ ਉਹਨੂੰ ਜਦੋਂ ਸਿਵਲ ਹੋਸਪਿਟਲ ਲੈ ਕੇ ਆਏ ਤਾਂ ਉੱਥੇ ਉਹਦੀ ਡੈਥ ਹੋ ਗਈ ਆ। ਅਸੀਂ ਉਹਨਾਂ ਦੇ ਵਾਰਸਾਂ ਨਾਲ ਗੱਲ ਕਰਕੇ ਉਹਨਾਂ ਦਾ ਬਿਆਨ ਲਿਖ ਕੇ, ਅਤੇ ਜਿਹੜੀ ਕਾਰਵਾਈ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ। ਤਾਂ ਨਹੀਂ ਦੇਖੋ, ਮੁੱਢਲੀ ਸਟੇਜ 'ਤੇ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਵੀ ਜੀ ਡੈਥ ਕਿਵੇਂ ਹੋਈ ਹੈ।